ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬੀ ਖਿੜਕੀ। ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਉਹ ਮੇਰੇ ਖਿਆਲ ਦੇ ਵਿੱਚ ਸਭ ਦੇ ਦਿਲ ਦੇ ਕਰੀਬ ਹੁੰਦਾ ਹੈ। ਅੱਜ ਦੀ ਜੋ ਗੱਲਬਾਤ ਦਾ ਵਿਸ਼ਾ ਹੈ ਉਹ ਹੈ ਸੇਵਾ। ਅਸੀਂ ਸਾਰੇ ਸੇਵਾ ਕਰਨਾ ਚਾਹੁੰਦੇ ਹਾਂ, ਲੇਕਿਨ ਬਹੁਤ ਘੱਟ ਲੋਕ ਹੁੰਦੇ ਆ ਜੋ ਇਸ ਸੇਵਾ ਨੂੰ ਇੱਕ ਵਧੀਆ ਇਨੀਸ਼ੀਏਟਿਵ ਲੈ ਕੇ NGO ਦੇ ਵਿੱਚ ਤਬਦੀਲ ਕਰ ਲੈਂਦੇ ਨੇ। ਆ ਸਾਡੇ ਨਾਲ ਨੇ ਮਨਪ੍ਰੀਤ ਸਿੰਘ ਤਨੇਜਾ ਜੀ, ਜਿਨ੍ਹਾਂ ਦੀ NGO ਹੈ ਹੈਂਡਸ ਟੂ ਕੇਅਰ ਫਾਊਂਡੇਸ਼ਨ, ਜੋ ਕਿ ਗਰੀਬ ਲੋਕਾਂ ਲਈ ਕੰਮ ਕਰਦੀ ਹੈ, ਗਰੀਬ ਬੱਚਿਆਂ ਦੀ ਐਜੂਕੇਸ਼ਨ ਲਈ ਕੰਮ ਕਰਦੀ ਹੈ, ਗਰੀਬ ਲੋਕਾਂ ਦੀ ਸਿਹਤ ਲਈ ਕੰਮ ਕਰਦੀ ਹੈ। ਸੋ ਅੱਜ ਸਾਡੇ ਨਾਲ ਨੇ ਮਨਪ੍ਰੀਤ ਸਿੰਘ ਤਨੇਜਾ ਜੀ, ਜੋ ਕਿ ਹੈਂਡਸ ਟੂ ਕੇਅਰ ਫਾਊਂਡੇਸ਼ਨ ਦੇ ਫਾਊਂਡਰ ਵੀ ਨੇ ਤੇ ਪ੍ਰੈਜ਼ੀਡੈਂਟ ਵੀ ਨੇ। ਸਰ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਰ। ਜਦੋਂ ਵੀ ਆਪਾਂ ਗੱਲ ਕਰਦੇ ਹਾਂ NGO ਦੀ ਗੱਲ ਆਉਂਦੀ ਹੈ, ਮਨਪ੍ਰੀਤ ਸਿੰਘ ਤਨੇਜਾ ਨੂੰ ਕੀ ਜ਼ਰੂਰਤ ਪਈ ਆਪਦੀ ਅਲੱਗ ਤੋਂ ਇੱਕ NGO ਬਣਾਉਣ ਦੀ, ਜਦੋਂ ਇੰਨੀ NGO ਆਲਰੇਡੀ ਮਾਰਕੀਟ ਦੇ ਚੱਲ ਰਹੀ ਹੈ? ਸਾਰਿਆਂ ਤੋਂ ਪਹਿਲਾਂ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੇਖੋ, ਸਮਾਜ ਸੇਵਾ ਦੀ ਗੱਲ ਕਰੀਏ ਤੇ ਬਹੁਤ ਲੋਕ ਕਰ ਰਹੇ ਨੇ, ਔਰ ਮੈਂ ਵੀ ਕਰ ਰਿਹਾ ਸੀ ਬਹੁਤ ਟਾਈਮ ਪਹਿਲਾਂ ਜੀ। ਵੰਡ ਛਕੋ ਜਿਹੜਾ ਅਸੀਂ ਆਪਣੇ ਗੁਰੂਆਂ ਤੋਂ ਸਿਧਾਂਤ ਜਿਹੜਾ ਹੈ ਸਾਡਾ, ਉਹ ਲੈ ਕੇ ਚੱਲੇ ਸੀ। ਨਵੰਬਰ 2016 ਦੇ ਵਿੱਚ ਇੱਕ ਆਪਦੇ ਇੱਕ ਫੈਮਿਲੀ ਮੈਂਬਰ ਦੇ ਹੋਸਪਿਟਲ ਦੇ ਵਿੱਚ ਦਾਖਲ ਹੋਣ ਉੱਤੇ ਖੂਨ ਦੀ ਲੋੜ ਪਈ ਜੀ, ਤਾਂ ਬਹੁਤ ਸਾਰੀਆਂ NGOs ਨੂੰ ਕਾਲ ਕੀਤਾ ਕਿ ਬਲੱਡ ਦੀ ਲੋੜ ਹੈ, ਕਿਉਂਕਿ ਮੈਨੂੰ ਉਸ ਸਮੇਂ 2 ਮਹੀਨੇ ਹੋਏ ਸੀ ਅਤੇ ਬਲੱਡ ਜਿਹੜਾ ਹੈ ਉਹ 3 ਮਹੀਨੇ ਤੋਂ ਪਹਿਲਾਂ ਅਸੀਂ ਖੂਨਦਾਨ ਦੁਬਾਰਾ ਨਹੀਂ ਕਰ ਸਕਦੇ। ਫੈਮਿਲੀ ਵਿੱਚੋਂ ਮੇਰੇ ਰਿਲੇਟਿਵਸ ਨੇ 2-3 ਜਿਹੜਿਆਂ ਨੇ ਕਰ ਦਿੱਤਾ, ਲੇਕਿਨ ਹੋਸਪਿਟਲ ਵਾਲੇ ਨੇ ਕਿਹਾ ਕਿ 10 ਯੂਨਿਟ ਦੀ ਜ਼ਰੂਰਤ ਹੈ। ਤਾਂ ਜਦੋਂ NGOs ਨੂੰ ਕਾਲ ਕਰਨੀ ਸ਼ੁਰੂ ਕੀਤੀ ਤਾਂ ਸਾਡੇ ਕੋਲ ਨਹੀਂ ਹੈ, ਤੁਸੀਂ ਆਪ ਅਰੇਂਜ ਕਰੋ, ਹਰੇਕ ਤਰ੍ਹਾਂ ਦੇ ਬਹੁਤ ਸਾਰੇ ਮਤਲਬ ਪੁੱਠੇ ਸਿੱਧੇ ਜਵਾਬ ਆਉਣੇ ਸ਼ੁਰੂ ਹੋਏ ਜੀ। ਔਰ ਉਸ ਤੋਂ 9 ਨਵੰਬਰ ਜਿਹੜਾ 2016 ਨੂੰ ਉਸ ਫੈਮਿਲੀ ਮੈਂਬਰ ਦੀ ਮਤਲਬ ਪਰਮਾਤਮਾ ਨੇ ਆਪਣੇ ਚਰਨੀ ਲਾ ਲਿਆ, ਉਹਨਾਂ ਨੂੰ ਸਾਡੇ ਵਿੱਚ ਨਹੀਂ ਮਤਲਬ ਰੱਖੇ ਰਿਹਾ, ਤਾਂ ਉੱਥੋਂ ਇੱਕ ਠੋਕਰ ਲੱਗੀ ਕਿ ਸ਼ਾਇਦ ਜਿਹੜੀਆਂ ਇਹ ਚੀਜ਼ਾਂ ਬਹੁਤ ਲੋਕ ਫੇਸ ਕਰਦੇ ਹੋਣਗੇ। ਤਾਂ ਉੱਥੋਂ ਇੱਕ ਦਿਮਾਗ ਦੇ ਵਿੱਚ ਆਈਡੀਆ ਆਇਆ ਕਿ ਜੋ ਅੱਜ ਮੈਂ ਫੇਸ ਕੀਤਾ ਉਹ ਕੋਈ ਹੋਰ ਨਾ ਕਰੇ, ਅਤੇ ਇੱਕ ਮੈਨੂੰ ਸੰਸਥਾ ਬਣਾਉਣੀ ਚਾਹੀਦੀ ਹੈ। ਔਰ ਦੋਸਤਾਂ ਨੇ ਬਹੁਤ ਵਧੀਆ ਹੁੰਗਾਰਾ ਦਿੱਤਾ ਔਰ ਸਾਥ ਵੀ ਦਿੱਤਾ, ਅਤੇ ਜਿਨ੍ਹਾਂ ਦੇ ਸਾਥ ਸਦਕਾ ਅਜਿਹੇ NGO। ਮੈਂ ਜਿਵੇਂ ਸ਼ੁਰੂ ਦੇ ਵਿੱਚ ਤੁਹਾਨੂੰ ਦੱਸਿਆ ਕਿ NGO ਗਰੀਬ ਲੋਕਾਂ ਲਈ ਕੰਮ ਕਰਦੀ ਹੈ, ਉਹਨਾਂ ਦੀ ਹੈਲਥ ਵਾਸਤੇ ਅਤੇ ਖਾਸ ਤੌਰ 'ਤੇ ਬੱਚਿਆਂ ਦੀ ਐਜੂਕੇਸ਼ਨ ਦੇ ਉੱਤੇ ਕੰਮ ਕਰਦੀ ਹੈ। ਨਾਲ ਇਹਨਾਂ ਦੇ ਹੋਰ ਵੀ ਕੰਮ ਹੈ, ਜਿਸ ਜਿਹੇ ਕਲੋਥਸ ਦਿੰਦੇ ਹੈ, ਸ਼ੂਜ਼ ਦਿੰਦੇ ਹੈ। ਇੱਕ ਹੋਰ NGO ਹੈ, ਉਹ ਵੀ ਕਈ ਵਾਰ ਇਹਨਾਂ ਨਾਲ ਕੋਲੈਬਰੇਟ ਕਰਦੀ ਹੈ, smile.care ਕਰਕੇ ਮੇਰੇ ਗੱਲ ਵਿੱਚ ਮਨਪ੍ਰੀਤ ਜੀ ਜੋ ਚਲਾਉਂਦੇ ਆ, ਮਨਦੀਪ ਕੌਰ ਸਰ ਅਤੇ ਮਤਲਬ ਤੁਸੀਂ ਹੋਰ ਕੀ ਕੰਮ ਕਰਦੇ ਹੋ ਇਸ ਤੋਂ ਇਲਾਵਾ? ਸ਼ੁਰੂਆਤ ਜੋ ਹੈ ਅਸੀਂ ਬਲੱਡ ਡੋਨੇਸ਼ਨ ਤੋਂ ਕੀਤੀ ਸੀ। ਪਿਛਲੇ ਸਾਲ ਅੱਜ ਦੇ ਦਿਨ ਹੀ 19 ਅਗਸਤ 2017 ਨੂੰ ਮੈਂ ਮਨਦੀਪ ਕੌਰ ਸਿੱਧੂ ਜੀ, ਜਿਨ੍ਹਾਂ ਤੋਂ ਮੈਂ ਇੰਸਪਾਇਰ ਹੋਇਆ ਸੀ ਕਿ ਮੈਨੂੰ ਖੂਨਦਾਨ ਤੋਂ ਇਲਾਵਾ ਵੀ ਹੋਰ ਕੁਛ ਵੀ ਕਰਨਾ ਚਾਹੀਦਾ ਹੈ, ਤਾਂ ਉਹਨਾਂ ਨਾਲ ਅਸੀਂ ਰਲ ਕੇ ਜੋ ਫਰੀਦਕੋਟ ਦੇ ਵਿੱਚ ਬਲਬੀਰ ਪ੍ਰਾਇਮਰੀ ਸਕੂਲ ਹੈ ਉੱਥੇ 140 ਬੱਚਿਆਂ ਨੂੰ ਸ਼ੂਜ਼ ਦਿੱਤੇ ਸੀ। ਫਿਰ ਜਿਵੇਂ ਜਿਵੇਂ ਕਿਸੇ ਨੂੰ ਕੋਈ ਫੀਸ ਦੀ ਜ਼ਰੂਰਤ ਹੈ ਫੀਸ ਭਰਦੇ ਗਏ, ਕੋਈ ਹੋਸਪਿਟਲ ਦੇ ਵਿੱਚ ਪੇਸ਼ੈਂਟ ਆ ਗਿਆ ਉਹਨੂੰ ਮੈਡੀਸਿਨ ਦੀ ਲੋੜ ਹੈ ਤਾਂ ਉਹ ਮੈਡੀਸਿਨ ਵਾਸਤੇ ਕਰਦੇ ਗਏ। ਫਿਰ ਪੁਰਾਣੇ ਕੱਪੜਿਆਂ ਦਾ ਆਈਡੀਆ ਆਇਆ ਕਿ ਲੋਕਾਂ ਦੇ ਘਰਾਂ ਵਿੱਚ ਬਹੁਤ ਸਾਰੀਆਂ ਵਸਤੂਆਂ ਜਿਹੜੀਆਂ ਫਾਲਤੂ ਕੱਪੜੇ, ਬੂਟ, ਬਹੁਤ ਸਾਰੀਆਂ ਚੀਜ਼ਾਂ, ਖਿਡੌਣੇ, ਅਕਸਰ ਜੋ ਅਮੀਰ ਦੇ ਘਰ ਨੇ ਤਾਂ ਖਿਡੌਣਿਆਂ ਨਾਲ ਭਰੇ ਹੁੰਦੇ ਨੇ ਔਰ ਸਿੱਟੇ ਹੁੰਦੇ ਨੇ, ਉਹ ਯੂਜ਼ ਨਹੀਂ ਕਰਦੇ। ਤਾਂ ਅਸੀਂ ਉਹਨਾਂ ਨੂੰ ਕਹਿੰਦੇ ਕਿ ਗਰੀਬਾਂ ਦੇ ਬੱਚਿਆਂ ਨੂੰ ਵੀ ਇਹ ਖਿਡੌਣਿਆਂ ਨਾਲ ਖੇਡਣ ਦਾ ਹੱਕ ਹੋਣਾ ਚਾਹੀਦਾ, ਤਾਂ ਉਹ ਅਸੀਂ ਇੱਕ ਇਕੱਠੇ ਕਰਦੇ ਹਾਂ ਅਤੇ ਪਿੰਡਾਂ ਵਿੱਚ ਜਾ ਕੇ ਜੋ ਵਾਕਈ ਪਛੜੇ ਏਰੀਏ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਅਤੇ ਉੱਥੇ ਜਾ ਕੇ ਅਸੀਂ ਉਹ ਡੋਨੇਟ ਕਰਦੇ ਹਾਂ। ਔਰ ਹੈਲਥ ਕਿਸੇ ਨੂੰ ਹੈਲਥ ਦੀ ਜ਼ਰੂਰਤ ਹੈ ਵਿੱਚ ਕੋਈ ਮੈਡੀਸਿਨ ਹੈ ਜਾਂ ਕਿਸੇ ਤਰੀਕੇ ਦਾ ਇਲਾਜ ਹੈ, ਉਹ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਅਸੀਂ ਕਰਦੇ ਹਾਂ। ਜਦੋਂ ਹੁਣ ਤੁਸੀਂ ਦਾਨੀ ਸੱਜਣਾਂ ਦੀ ਗੱਲ ਕੀਤੀ, ਜਦੋਂ ਵੀ ਆਪਾਂ ਡੋਨੇਸ਼ਨ ਦੀ ਗੱਲ ਕਰਦੇ ਹਾਂ, ਨੋ ਡਾਊਟ ਸਾਰੀ NGOs ਬਹੁਤ ਵਧੀਆ ਕੰਮ ਕਰਦੀਆਂ, ਇੱਕ ਵਿਜ਼ਨ ਲੈ ਕੇ ਚੱਲਦੀ ਹੈ ਅਤੇ ਉਹਦੇ ਉੱਤੇ ਆਪਦਾ ਕੰਮ ਕਰਦੀ ਰਹਿੰਦੀ ਹੈ। ਲੇਕਿਨ ਕਿਤੇ ਨਾ ਕਿਤੇ ਸਮਾਜ ਦਾ ਐਸਾ ਤਬਕਾ ਵੀ ਹੁੰਦਾ ਹੈ ਜੋ NGO ਦੇ ਉੱਤੇ ਇਹ ਆਰੋਪ ਲਾਉਂਦਾ ਹੈ ਕਿ NGO ਵਾਲੇ ਮਿਸਯੂਜ਼ ਕਰਦੇ ਆ ਉਸ ਫੰਡ ਦਾ, ਜਾਂ ਮਤਲਬ ਉਹ ਪੂਰੀ ਤਰ੍ਹਾਂ ਨਾਲ ਉਸ ਕੰਮ ਵਾਸਤੇ ਯੂਜ਼ ਨਹੀਂ ਹੁੰਦਾ ਜਿਸ ਵਾਸਤੇ ਡੋਨਰ ਨੇ ਯੂਜ਼ ਕੀਤਾ। ਤੁਹਾਡੀ ਸੰਸਥਾ ਦੇ ਵਿੱਚ ਇਹ ਡੋਨੇਸ਼ਨ ਦਾ ਸਿਲਸਿਲਾ ਕਿੱਦਾਂ ਦਾ ਹੈ ਅਤੇ ਕਿੱਦਾਂ ਦੀ ਡੋਨੇਸ਼ਨ ਤੁਸੀਂ ਲੈਂਦੇ ਹੋ? ਸਭ ਤੋਂ ਪਹਿਲਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ, ਕੁਛ NGOs ਇਹੋ ਜਿਹਾ ਕੰਮ ਕਰਦੀਆਂ ਵੀ ਨੇ ਔਰ ਕਈ ਬਹੁਤ ਵਧੀਆ ਕੰਮ ਵੀ ਕਰਦੀਆਂ ਨੇ, ਔਰ ਬਹੁਤ ਸਾਰੇ ਲੋਕ ਸਵਾਲ ਵੀ ਚੁੱਕਦੇ ਨੇ। ਇਹਨਾਂ ਦਾ ਜਵਾਬ ਇੱਕੋ ਹੀ ਮੇਰਾ ਹੁੰਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਉਹ ਜਾਂ ਸਾਡੀ ਆਤਮਾ ਅਤੇ ਜਾਂ ਸਾਡਾ ਪਰਮਾਤਮਾ ਜਾਣਦਾ ਜੀ। ਔਰ ਸਾਡਾ ਜਿਹੜਾ ਇਹ ਕਲੈਕਸ਼ਨ ਦਾ ਢੰਗ ਹੈ, ਅਸੀਂ ਕਦੇ ਕਿਸੇ ਕੋਲ ਗਰਾਈ ਕਰਨ ਨਹੀਂ ਜਾਂਦੇ। ਅੱਛਾ ਜੀ। ਅਸੀਂ ਸਿੰਪਲ ਇੱਕ ਆਪਣੀ ਵੀਡੀਓ ਪੋਸਟ ਕਰਦੇ ਹਾਂ ਕਿ ਸਾਨੂੰ ਇਹ ਚੀਜ਼ ਅਸੀਂ ਕਰਨ ਲੱਗੇ ਹਾਂ, ਇੱਥੇ ਇਹ ਨੀਡੀ ਹੈ, ਅਗਰ ਤੁਸੀਂ ਕਰਨਾ ਚਾਹੋ। ਹੁਣ ਰੀਸੈਂਟਲੀ ਅਸੀਂ ਇੱਕ ਸਟਾਰਟ ਕੀਤਾ ਹੈ ਰੈੱਡ ਕਰਾਸ ਫਰੀਦਕੋਟ ਦੇ ਵਿੱਚ, ਕੁਛ ਅਬਨੋਰਮਲ ਬੱਚੇ ਰਹਿੰਦੇ ਨੇ, ਕੁਛ ਬਲਾਈਂਡ ਨੇ, ਹਰ ਤਰ੍ਹਾਂ ਦੇ ਮਤਲਬ ਜੋ ਕੁਛ ਐਸੇ ਬਜ਼ੁਰਗ ਵੀ ਰਹਿੰਦੇ ਨੇ ਜੋ ਹੋਮਲੈਸ ਬਜ਼ੁਰਗ ਜਿਹੜੇ ਘਰੇ ਨਹੀਂ ਰੱਖ ਰਹੇ,
ਤਾਂ ਅਸੀਂ ਇੱਕ ਵੀਡੀਓ ਪੋਸਟ ਕਰਦੇ ਹਾਂ ਕਿ ਆਪਣਾ ਬਰਥਡੇ ਆ ਜੋ ਇੱਥੇ ਤੁਸੀਂ ਸੈਲੀਬ੍ਰੇਟ ਕਰ ਸਕਦੇ ਹੋ, ਤਾਂ ਲੋਕ ਆਉਂਦੇ ਆ ਉਹ ਸਮਾਨ ਲੈ ਕੇ ਆਪ ਆਉਂਦੇ ਆ ਔਰ ਉੱਥੇ ਉਹ ਡੋਨੇਟ ਕਰਦੇ ਆ, ਉਹਨਾਂ ਨਾਲ ਅਸੀਂ ਕੁਝ ਗੇਮ ਪਲਾਨ ਕਰ ਲੈਂਦੇ ਹਾਂ ਜਾਂ ਮਿਊਜ਼ਿਕ ਦੇ ਨਾਲ ਕੁਝ ਪਲਾਨ ਕਰ ਲੈਂਦੇ ਹਾਂ, ਉਹ ਬੱਚੇ ਪਿਆਰ ਮੰਗਦੇ ਆ ਔਰ ਜਿੱਥੇ ਵੀ ਅਸੀਂ ਕੋਈ ਵੀ ਕਰਦੇ ਹਾਂ ਉਸ ਇੱਕ ਵੀਡੀਓ ਪੋਸਟ ਕਰਦੇ ਹਾਂ ਕਿ ਤੁਸੀਂ ਇੱਥੇ ਆ ਕੇ ਇਹ ਡੋਨੇਟ ਕਰ ਸਕਦੇ ਹੋ। ਲਾਸਟ ਟਾਈਮ ਇੱਕ ਬਹੁਤ ਨੀਡੀ ਫੈਮਿਲੀ ਸੀਗੀ ਅਤੇ ਉਹਨਾਂ ਨੂੰ ਮੈਡੀਸਿਨ ਵਾਸਤੇ ਜਾਂ ਘਰ ਦੇ ਰਾਸ਼ਨ ਦੀ ਜ਼ਰੂਰਤ ਸੀ, ਤਾਂ ਉਹਦੀ ਇੱਕ ਪੋਸਟ ਪਾਈ ਸੀ ਮੈਂ, ਤਾਂ ਮੇਰੇ ਕੋਲ ਇੱਕ ਫੈਮਿਲੀ ਦੀ ਕਾਲ ਆਈ ਕਿ ਮੇਰੀ ਬੇਟੀ ਦਾ ਬਰਥਡੇ ਹੈ ਅਤੇ ਮੈਂ ਸੈਲੀਬ੍ਰੇਟ ਕਰਨਾ ਚਾਹੁੰਦਾ। ਉਹਨਾਂ ਦੱਸਿਆ ਕਿ ਤੁਸੀਂ ਬਰਥਡੇ ਜਿਹੜਾ ਸੈਲੀਬ੍ਰੇਟ ਹੈ ਉਹ ਇਹਨਾਂ ਨੂੰ ਤੁਸੀਂ ਕੁਛ ਘਰ ਦਾ ਸਮਾਨ ਦੇ ਕੇ ਕਰ ਸਕਦੇ ਹੋ, ਤਾਂ ਉਹਨਾਂ ਨੇ ਇੱਕ ਬਾਕਸ ਪੈਕ ਕੀਤਾ ਜਿਹਦੇ ਵਿੱਚ ਘਰ ਦਾ ਸਮਾਨ, ਕੁਛ ਫਰੂਟ, ਸਾਰਾ ਕੁਛ ਉਹਨਾਂ ਨੇ ਮਿਕਸ ਲਿਆ ਔਰ ਅਸੀਂ ਉਹਨਾਂ ਨੂੰ ਪੁੱਛਦੇ ਨਹੀਂ ਤੁਸੀਂ ਕੀ ਦੇ ਰਹੇ ਹੋ ਕਿਉਂਕਿ ਉਹਨਾਂ ਦੀ ਹੈ, ਉਹਨਾਂ ਨੇ ਉਹ ਪੇਟੀ ਲਿਜਾ ਕੇ ਉਹਨਾਂ ਨੂੰ ਡੋਨੇਟ ਕੀਤੀ, ਅਸੀਂ ਨਾਲ ਜਾ ਕੇ ਦਵਾਇਆ ਹੈ। ਅਸੀਂ ਆਪ ਕਲੈਕਸ਼ਨ ਨਹੀਂ ਲੈਂਦੇ, ਕੁਛ ਲੋਕ ਨੇ ਜਿਹੜੇ ਸਾਨੂੰ ਵੀ ਦੇ ਜਾਂਦੇ ਨੇ ਜੀ, ਕਈ ਕਹਿੰਦੇ ਨੇ ਕਿ ਅਸੀਂ ਨਹੀਂ ਕਰਦੇ। ਹਾਲੇ ਤੱਕ ਅਸੀਂ ਹੈਂਡ ਸ਼ੂਕੇਅਰ ਫਾਊਂਡੇਸ਼ਨ ਦਾ ਅਕਾਊਂਟ ਨਹੀਂ ਖੁਲਵਾਇਆ, ਇਸੇ ਕਰਕੇ ਨਹੀਂ ਖੁਲਵਾਇਆ ਕਿ ਲੋਕ ਤੁਹਮਤਾਂ ਲਗਾਉਂਦੇ ਨੇ, ਪਰ ਹੁਣ ਉਹਦੀ ਜ਼ਰੂਰਤ ਬਣ ਗਈ ਹੈ ਤੇ ਕਿਤੇ ਨਾ ਕਿਤੇ ਸਾਡੇ ਸਮਾਜ ਵਾਸਤੇ ਇੱਕ ਚੰਗਾ ਮੈਸੇਜ ਵੀ ਹੈ। ਮਤਲਬ ਜੋ ਆਪਾਂ ਬਰਥਡੇ ਬੱਚਿਆਂ ਦੇ ਆਪਣੇ ਹੋਟਲਸ ਦੇ ਵਿੱਚ ਸੈਲੀਬ੍ਰੇਟ ਕਰਦੇ ਹਾਂ, ਬਹੁਤ ਜ਼ਿਆਦਾ ਖਰਚਾ ਕਰਦੇ ਹਾਂ, ਜੇ ਉਹੀ ਖਰਚਾ ਅਸੀਂ ਆਪਦੇ ਬੱਚਿਆਂ ਦੇ ਬਰਥਡੇ ਦਾ ਕਿਸੇ ਗਰੀਬ ਝੁੱਗੀ ਵਾਲੇ ਇਲਾਕੇ ਦੇ ਵਿੱਚ ਜਾ ਕੇ ਜਾਂ ਲੋੜਵੰਦ ਲੋਕਾਂ ਨਾਲ ਮਨਾਵਾਂਗੇ ਤਾਂ ਉਹਨਾਂ ਨੂੰ ਤਾਂ ਵਧੀਆ ਖਾਣ ਨੂੰ ਮਿਲੇਗਾ ਤੇ ਕਿਤੇ ਨਾ ਕਿਤੇ ਉਹ ਪੇਰੈਂਟਸ ਨੂੰ ਵੀ ਸੰਤੁਸ਼ਟੀ ਮਿਲੂਗੀ। ਬਿਲਕੁਲ ਬਿਲਕੁਲ, ਦੇਖੋ ਜੋ ਇਸ ਦੀ ਸੰਤੁਸ਼ਟੀ ਹੈ ਉਹ ਜਦੋਂ ਤੁਸੀਂ ਇਸ ਜਗ੍ਹਾ ਨੂੰ ਜਾ ਕੇ ਮਹਿਸੂਸ ਕਰਦੇ ਹੋ। ਅੱਜ ਹੀ ਇੱਕ ਫੈਮਿਲੀ ਆਈ ਸੀ, ਮੈਂ ਫੈਮਿਲੀ ਦਾ ਨਾਮ ਨਹੀਂ ਲੈਂਦਾ, ਮੈਂ ਰੈੱਡ ਕਰਾਸ ਹੋ ਕੇ ਆਇਆ, ਉਹ ਜਸਟ ਪਹੁੰਚੇ ਔਰ ਉਹਨਾਂ ਨੇ ਫਰੂਟਸ ਔਰ ਹੋਰ ਚੀਜ਼ਾਂ ਉੱਥੇ ਡੋਨੇਟ ਤਾਂ ਕੀਤੀਆਂ ਲੇਕਿਨ ਉਹਨਾਂ ਬੱਚਿਆਂ ਨਾਲ ਟਾਈਮ ਸਪੈਂਡ ਨਹੀਂ ਕੀਤਾ। ਜਿਹੜੇ ਰੈੱਡ ਕਰਾਸ ਦੇ ਵਿੱਚ ਬੱਚੇ ਰਹਿੰਦੇ ਨੇ ਉਹ ਖਾਣ ਪੀਣ ਦੇ ਭੁੱਖੇ ਨਹੀਂ ਨੇ, ਤੁਹਾਡੇ ਜ਼ਰੀਏ ਮੈਂ ਮੈਸੇਜ ਦੇਣਾ ਚਾਹੁੰਦਾ, ਇਹ ਬੱਚੇ ਸਿਰਫ ਪਿਆਰ ਦੇ ਭੁੱਖੇ ਨੇ ਕਿਉਂਕਿ ਇਹ ਅਬਨੋਰਮਲ ਬੱਚੇ ਨੇ, ਪਹਿਲਾਂ ਪੇਰੈਂਟਸ ਦੇ ਨਾਲ ਨਹੀਂ ਰਹਿ ਰਹੇ, ਇਕੱਲੇ ਰਹਿ ਰਹੇ, ਇੱਕ ਚਾਰ ਦੀਵਾਰੀ ਦੇ ਅੰਦਰ ਰਹਿੰਦੇ ਨੇ, ਉਹਨਾਂ ਨੂੰ ਪਿਆਰ ਚਾਹੀਦਾ ਖਾਣ ਨੂੰ, ਸਰਕਾਰ ਵੱਲੋਂ ਵੀ ਉੱਥੇ ਆਉਂਦਾ ਅਤੇ ਬਹੁਤ ਸਾਰੇ ਲੋਕ ਦੇ ਜਾਂਦੇ ਨੇ, ਅਤੇ ਜਿਹੜਾ ਵੀ ਉੱਥੇ ਆਵੇ ਉਹਨਾਂ ਨਾਲ ਸਮਾਂ ਜਿਹੜਾ ਹੈ ਬਿਤਾ ਕੇ ਜਾਵੇ ਤਦ ਹੀ ਤੁਸੀਂ ਉਸ ਚੀਜ਼ ਨੂੰ ਫੀਲ ਕਰ ਸਕਦੇ ਹੋ। ਤੇ ਇੱਕ ਮੈਂ ਗੱਲ ਕਰਾਂ, ਤੁਸੀਂ ਜਿੱਦਾਂ NGO ਚਲਾ ਰਹੇ ਹੋ ਜੀ, ਤੁਹਾਡੀ ਤੁਸੀਂ ਜਦੋਂ ਵੀ ਰੋਡ ਕ੍ਰੋਸ ਕਰਦੇ ਹੋ ਰੈੱਡ ਲਾਈਟਸ ਆਉਂਦੀਆਂ, ਉੱਥੇ ਵੀ ਛੋਟੇ ਬੱਚੇ ਕੁਝ ਭੀਖ ਮੰਗ ਰਹੇ ਹੁੰਦੇ ਆ, ਕੀ ਤੁਹਾਡੀ ਸੰਸਥਾ ਨੇ ਕਦੇ ਸੋਚਿਆ ਉਸ ਬਾਰੇ ਵੀ ਇਹਨੂੰ ਵੀ ਕਿਸ ਤਰੀਕੇ ਆਪਾਂ ਠੀਕ ਕਰੀਏ? ਮੇਰੀ ਇਸੇ ਮਹੀਨੇ ਦੇ ਵਿੱਚ ਇੱਕ ਮੀਟਿੰਗ ਹੋਏਗੀ ਸਰਕਾਰ ਦੇ ਨਾਲ, ਜੋ ਮੇਰੀ ਗੱਲ ਚੱਲ ਰਹੀ ਹੈ ਉਸ ਦੇ ਵਿੱਚ ਅਸੀਂ ਕਰਨਾ ਚਾਹ ਰਹੇ ਹਾਂ, ਬਠਿੰਡਾ ਔਰ ਫਰੀਦਕੋਟ ਦੇ ਵਿੱਚ ਇੱਕ ਸਕੂਲ ਅਸੀਂ ਚਲਾਉਣਾ ਚਾਹੁੰਦੇ ਹਾਂ ਜਿਹਨੂੰ ਫ੍ਰੀ ਟਿਊਸ਼ਨ ਸੈਂਟਰ ਦਾ ਨਾਮ ਦੇਵਾਂਗੇ ਜੀ, ਜਿਸ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਜਿਹੜੇ ਭੀਖ ਮੰਗ ਰਹੇ ਬੱਚੇ ਆ ਜਾਂ ਝੁੱਗੀਆਂ ਦੇ ਬੱਚੇ ਆ ਉਹਨਾਂ ਨੂੰ ਇੱਕ ਲਾਲਚ ਦਿੱਤਾ ਜਾਵੇ ਕਿ ਜੇ ਉਹ ਸਾਡੇ ਕੋਲ ਪੜ੍ਹਨ ਆਉਣਗੇ ਉਹਨਾਂ ਨੂੰ ਅਸੀਂ ਖਾਣ ਨੂੰ ਸਮਾਨ ਦੇਵਾਂਗੇ ਜਾਂ ਉਹਨਾਂ ਨੂੰ ਕੁਝ ਖਲੋਣਾ ਦੇਵਾਂਗੇ ਜੋ ਸਾਨੂੰ ਉੱਥੇ ਸਟੱਡੀ ਕਰਕੇ ਕੁਝ ਸੁਣਾਏਗਾ ਜਾਂ ਕੁਛ, ਉਸ ਤਰੀਕੇ ਦਾ ਅਸੀਂ ਪਲਾਨ ਕਰ ਰਹੇ ਹਾਂ ਤਾਂ ਕਿ ਇਹ ਬੱਚੇ, ਮੈਂ ਸਮਝਦਾ ਮੈਨੂੰ ਨਾ ਕਈ ਵਾਰ ਲੋਕਾਂ ਦੇ ਫੋਨ ਆਉਂਦੇ ਆ ਵੀ ਤੁਸੀਂ ਸਕੂਲ ਦਾ ਪਲਾਨ ਕਰਦੇ ਹੋ ਪਰ ਅਸੀਂ ਤਾਂ ਘੱਟ ਬਣੇ ਹਾਂ, ਅਸੀਂ ਨਹੀਂ ਕੁਛ ਕਰ ਸਕਦੇ, ਤਾਂ ਮੇਰਾ ਉਹਨਾਂ ਨੂੰ ਜਵਾਬ ਹੁੰਦਾ ਹੈ ਕਿ ਤੁਹਾਨੂੰ ਆਪਣਾ ਨਾਮ ਲਿਖਣਾ ਆਉਂਦਾ, ਕਹਿੰਦੇ ਜੀ ਹਾਂਜੀ ਆਉਂਦਾ, ਤਾਂ ਇਹੀ ਅਸੀਂ ਕਹਿੰਦੇ ਵੀ ਉਹਨਾਂ ਨੂੰ ਸਿਖਾ ਦਿਓ, ਤੁਸੀਂ ਜੋ ਤੁਹਾਡੇ ਆਸ ਪਾਸ ਬੱਚੇ ਭੀਖ ਮੰਗਦੇ ਆ ਜਾਂ ਝੁੱਗੀ ਝੌਂਪੜੀ ਵਾਲੇ ਆ ਤੁਸੀਂ ਉਹਨਾਂ ਨੂੰ ਨਾਮ ਲਿਖਣਾ ਸਿਖਾ ਦਿਓ, ਤੁਹਾਡੇ ਲਈ ਇਹੀ ਬਹੁਤ ਵੱਡੀ ਇੱਕ ਕਾਮਯਾਬੀ ਹੈ। ਤੇ ਜੋ ਸਾਨੂੰ ਦੇਖ ਰਹੇ ਨੇ ਲੋਕ, ਅਗਰ ਉਹ ਤੁਹਾਡੇ ਇਸ NGO ਦਾ ਹਿੱਸਾ ਬਣਨਾ ਚਾਹੁੰਦੇ ਆ, ਤੁਹਾਡੇ ਮੈਂਬਰ ਬਣਨਾ ਚਾਹੁੰਦੇ ਆ, ਉਹਦਾ ਕੀ ਪ੍ਰੋਸੀਜਰ ਹੈ? ਉਹਦੇ ਲਈ ਦੇਖੋ ਅਸੀਂ ਕੋਈ ਵੀ ਮੈਂਬਰਸ਼ਿਪ ਫੀਸ ਕਿਸੇ ਕੋਲੋਂ ਨਹੀਂ ਲੈਂਦੇ, ਉਹ ਸਿਰਫ ਸਾਡਾ ਨੰਬਰ ਹੈ, ਉਹ ਮੈਂ ਨੰਬਰ ਦੇ ਦਿੰਦਾ, ਉਹਦੇ ਵਿੱਚ ਤੁਸੀਂ ਸਾਨੂੰ ਇੱਕ ਕਾਲ ਕਰ ਸਕਦੇ ਹੋ ਜਾਂ ਵਟਸਐਪ ਦੇ ਉੱਪਰ ਮੈਸੇਜ ਛੱਡ ਸਕਦੇ ਹੋ, ਅਸੀਂ ਟਾਈਮ ਟੂ ਟਾਈਮ ਉਹਨਾਂ ਨੂੰ ਕਾਲ ਕਰਦੇ ਰਹਾਂਗੇ ਕਿ ਇੱਥੇ ਸਾਡਾ ਇਹ ਫੰਕਸ਼ਨ ਹੈ, ਇੱਥੇ ਇਹ ਜ਼ਰੂਰਤ ਹੈ, ਔਰ ਉਹ ਦੇ ਸਕਦੇ ਨੇ। ਕੋਈ ਅਸੀਂ ਮੈਂਬਰਸ਼ਿਪ ਫੀਸ ਨਹੀਂ ਲੈਂਦੇ ਔਰ ਨਾ ਹੀ ਸਾਡੇ ਕਿਸੇ ਟੀਮ ਮੈਂਬਰ ਨੂੰ ਉਹ ਦਿੱਤੀ ਜਾਵੇ। ਜਿਹੜਾ ਇਹਨਾਂ ਦਾ ਨੰਬਰ ਹੈ ਤੁਹਾਨੂੰ ਸਕਰੀਨ ਦੇ ਉੱਤੇ ਦਿਖ ਰਿਹਾ ਹੋਗਾ, ਤੁਸੀਂ ਇਹਦੇ ਉੱਤੇ ਕਾਲ ਕਰ ਸਕਦੇ ਹੋ ਜਾਂ ਵਟਸਐਪ ਦੇ ਉੱਤੇ ਆਪਦਾ ਮੈਸੇਜ ਕਰਕੇ ਇਸ NGO ਨਾਲ ਜੁੜ ਸਕਦੇ ਹੋ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਅਗਲੀ ਵਾਰ ਕੋਈ ਨਵੀਂ ਸ਼ਖਸੀਅਤ ਲੈ ਕੇ ਫਿਰ ਹਾਜ਼ਰ ਹੋਵਾਂਗੇ, ਤੁਸੀਂ ਵੇਖਦੇ ਰਹੋ ਪੰਜਾਬੀ ਖਿੜਕੀ।